ਧਰਤੀ ਤਨ ਹੋਈ, ਤਨ ਹੋਏ ਅੰਬਰ, ਸਭੇ ਦੁੱਖ ਮੁੱਕੇ ਸੱਚੇ ਪਾਤਸ਼ਾਹ ਜੀ, ਹੱਥ ਬੰਨਦੇ ਮੱਥਾ ਟੇਕਦੇ ਆਂ, ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ, ਹੇਠਾਂ ਚਾਨਣ ਦਾ ਦਰਿਆ ਵਗੇ, ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ, ਜਿਨ੍ਹਾਂ ਥਾਵਾਂ ਤੇ ਪਾਏ ਪੈਰ ਤੁਸੀਂ, ਉੱਥੇ ਅੱਜ ਵੀ ਵਰਤੇ ਦੇਗ ਬਾਬਾ। ਪਾਰ ਨਾਨਕ, ਪਾਰ ਨਾਨਕ, ਸਭ ਥਾਂ ਇੱਕ ਓਂਕਾਰ ਨਾਨਕ, ਆਰ ਨਾਨਕ, ਪਾਰ ਨਾਨਕ, ਸਭ ਥਾਂ ਇੱਕ ਓਂਕਾਰ ਨਾਨਕ। ਤੇਰੇ ਨਾਂ ਤੇ ਹੱਥ ਚਲਾ ਕੇ ਪੂਰਾ ਸੌਦਾ ਵੇਚੀ ਜਾਂਦੇ, ਕਰਦੇ ਭੇਖ ਪੈਗੰਬਰ ਵਾਲਾ, ਜੋਹਨ ਪੂਰਾ ਵਪਾਰੀ ਨਾਨਕ, ਬਾਲਾ ਤੇ ਮਰਦਾਨਾ ਸਾਥੀ, ਧਰਮ ਜਾਤਾ ਅੱਡੋ ਅੱਡੀ, ਸੀਨੇ ਸੰਗ ਲਗਾ ਕੇ ਤੋੜੀ, ਛੂਆ ਛੂਤ ਬਿਮਾਰੀ ਨਾਨਕ, ਗੋਡੇ ਸਜਣੇ ਸਰਜਣ ਵਰਗੇ, ਜੇ ਉਪਦੇਸ਼ ਬਣਾਏ ਬੰਦੇ, ਸਿੱਧੇ ਰਾਹ ਪਾ ਦਿੱਤੇ ਸੀ। ਤੂੰ ਰੋਸ਼ਨੀਆਂ ਦੀ ਰੇਖਾਏ, ਇੱਕ ਤੇਰਾ ਹੀ ਦਰਬਾਰ ਸੱਚਾ, ਬਾਕੀ ਸਭ ਪਰਮ ਭੁਲੇਖਾਏ। ਤੇਰਾ ਸ਼ਬਦ ਸੁਣਾ ਵੈਰਾਗ ਹੋਵੇ, ਤਨ ਮਨ ਦੇ ਬਦਲਣ ਵੇਗ ਬਾਬਾ। ਪਾਰ ਨਾਨਕ, ਪਾਰ ਨਾਨਕ, ਸਭ ਥਾਂ ਇੱਕ ਓਂਕਾਰ ਨਾਨਕ, ਆਰ ਨਾਨਕ, ਪਾਰ ਨਾਨਕ, ਸਭ ਥਾਂ ਇੱਕ ਓਂਕਾਰ ਨਾਨਕ। ਪ੍ਰਸਾਦ ਨਹੀਂ ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਟਾਲਾ, ਤੇਰੇ ਰੂਪ ਜਿਹਾ ਕੋਈ ਰੂਪ ਨਹੀਂ,
ਤੇਰੀ ਦੀਦ ਜਿਹਾ ਪ੍ਰਸਾਦ ਨਹੀਂ। ਸਰਬੱਤ ਦਾ ਭਲਾ ਸਿਖਾਇਆ ਤੂੰ, ਕੋਈ ਘਾਟ ਨਹੀਂ ਕੋਈ ਵਾਦ ਨਹੀਂ। ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ ਬਾਬਾ। ਜਦੋਂ ਪਾਇਆ ਦਸਵਾਂ ਜਾਮਾ ਤੂੰ, ਹੱਥਾਂ ਵਿੱਚ ਫੜ ਲਈ ਤੇਗ ਬਾਬਾ। ਪਾਰ ਨਾਨਕ, ਪਾਰ ਨਾਨਕ ਸਭ ਥਾਂ ਨਾਨਕ, ਪਾਰ ਨਾਨਕ, ਪਾਰ ਨਾਨਕ ਸਭ ਥਾਂ ਇੱਕੋ ਪਾਰ ਨਾਨਕ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਵੀਰਾਂ ਨੂੰ ਲੱਖ ਲੱਖ ਮੁਬਾਰਕਾਂ। ਅਸੀਂ ਬਹੁਤ ਕਰਮਾਂ ਵਾਲੇ ਹਾਂ, ਭਾਗਾਂ ਵਾਲੇ ਹਾਂ। ਸਾਡੇ ਪਿੰਡ ਦੋਧਰ ਗਰਭੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ। ਇਸ ਦੀ ਬਦੌਲਤ ਸਾਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਉਸ ਦੇ ਨਾਲ ਅਸੀਂ ਪਿੰਡ ਦੇ ਵਿਕਾਸ ਕਾਰਜ ਆਰੰਭ ਕੀਤੇ। ਸਭ ਤੋਂ ਪਹਿਲਾਂ ਅਸੀਂ 6ਵੇਂ ਪਾਤਸ਼ਾਹੀ ਅਤੇ 1ਲੀ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਿੰਡ ਤੱਕ ਅਸੀਂ ਸੀਵਰੇਜ ਦਾ ਕੰਮ ਕੀਤਾ। ਉਸ ਦੇ ਨਾਲ ਹੀ ਜੋ ਰਸਤਾ ਸੀ ਗੁਰਦੁਆਰਾ ਸਾਹਿਬ ਨੂੰ ਜਾਂਦਾ, ਉਹ ਸੜਕ ਤਕਰੀਬਨ 10 ਫੁੱਟ ਚੌੜੀ ਸੀ।
ਸ਼ਰਧਾਲੂਆਂ ਦੇ ਆਉਣ ਜਾਣ ਲਈ ਬਹੁਤ ਸਮੱਸਿਆ ਹੁੰਦੀ ਸੀ। ਅਸੀਂ ਉਸ ਸੜਕ ਨੂੰ ਦੋਨਾਂ ਪਾਸਿਆਂ ਤੋਂ ਸੰਗਤ ਤੋਂ ਜ਼ਮੀਨ ਲੈ ਕੇ ਅਸੀਂ 20 ਫੁੱਟ ਚੌੜਾ ਰਸਤਾ ਕੀਤਾ। ਹੋਰ ਵੀ ਅਸੀਂ ਅੱਗੇ ਦੀ ਅੱਗੇ ਉਪਰਾਲੇ ਕਰ ਰਹੇ ਹਾਂ। ਉਸ ਰਸਤੇ 'ਤੇ ਅਸੀਂ ਪਿੰਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਦੋਨੋਂ ਸਾਈਡ 'ਤੇ ਇੰਟਰਲੋਕ ਟਾਈਲਾਂ ਲਾਈਆਂ ਔਰ ਲਾਈਟਾਂ ਦਾ ਪ੍ਰਬੰਧ ਕੀਤਾ। ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਗ੍ਰਾਂਟ ਦਿੱਤੀ। ਇਸ ਸਮੇਂ 'ਤੇ ਅਸੀਂ ਸਾਰੀਆਂ ਸਿੱਖ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਦੋਧਰ, ਇਸ ਜਗ੍ਹਾ ਦੇ ਵਿੱਚ 3 ਪਾਤਸ਼ਾਹੀਆਂ, ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀਂ, ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ, ਇਸ ਜਗ੍ਹਾ ਦੇ ਵਿੱਚ ਉਹਨਾਂ ਨੇ ਚਰਨ ਪਾਏ ਆ। ਇੱਥੇ ਪੱਤਰੇ ਨਿਕਲੇ ਆ ਜਿਹਦੇ ਵਿੱਚ ਇੱਕ ਪਾਸੇ ਲਿਖਿਆ ਗੁਰੂ ਨਾਨਕ ਤਪਾ ਇਆਂ ਰਮੇ, ਔਰ ਸਤਿਗੁਰ ਛੇਵੇਂ ਪਾਤਸ਼ਾਹ ਦੇ ਬਾਰੇ ਵੀ ਇਹ ਇਤਿਹਾਸ ਦੇ ਵਿੱਚ ਗੱਲ ਆਉਂਦੀ ਆ। ਸਾਰੀਆਂ ਸੰਗਤਾਂ ਨੇ, ਨਗਰ ਨਿਵਾਸੀਆਂ ਨੇ ਮਿਲ ਕੇ, ਨਗਰ ਦੀਆਂ ਪੰਚਾਇਤਾਂ ਨੇ ਮਿਲ ਕੇ, ਜਿੰਨੇ ਵੀ ਸੇਵਾਦਾਰ ਆ ਸਤਿਗੁਰ ਦੇ ਨਾਲ ਜੁੜੇ ਹੋਏ ਆ, ਉਹਨਾਂ ਨੇ ਸਾਰਿਆਂ ਨੇ ਰਲ ਕੇ ਇਸ ਜਗ੍ਹਾ ਦੇ ਵਿੱਚ ਬੜਾ ਇੱਕ ਸੁੰਦਰ ਗੁਰਦੁਆਰਾ ਬਣਾਇਆ ਹੋਇਆ, ਬਹੁਤ ਹੀ ਸੁੰਦਰ ਗੁਰਦੁਆਰਾ ਦੇਖਣ ਯੋਗ ਆ। ਸੇਵਾਦਾਰ ਆ ਸਤਿਗੁਰ ਛੇਵੇਂ ਪਾਤਸ਼ਾਹ ਦੇ, ਸਾਰਾ ਨਗਰ ਮਿਲ ਕੇ, ਪੰਚਾਇਤਾਂ ਮਿਲ ਕੇ ਉਸ ਜਗ੍ਹਾ ਦੇ ਵਿੱਚ ਇੱਕ ਸਰੋਵਰ ਬਣਾ ਰਹੇ ਹਾਂ। ਉਹ ਜਿਹੜਾ ਸਰੋਵਰ ਆ ਇੱਕ ਵਿਲੱਖਣ ਤਕਨੀਕ ਦੇ ਨਾਲ ਬਣ ਰਿਹਾ, ਜਿਹੜਾ ਕਿ ਬਾਹਰਲੀ ਤਕਨੀਕ ਆ। ਸਰੋਵਰ 13 ਫੁੱਟ ਉੱਚਾ ਧਰਤੀ ਦੇ ਉੱਤੋਂ ਬਣ ਰਿਹਾ। ਉਸ ਸਰੋਵਰ ਦੇ ਜਿਹੜਾ ਥੱਲੇ ਵਾਲਾ ਪਾਸਾ ਉਹਦੇ ਵਿੱਚ ਕਮਰੇ ਬਣ ਰਹੇ ਆ, ਔਰ ਜਿਹੜੀ ਸਰੋਵਰ ਦੀ ਪਰਿਕਰਮਾ ਉਸ ਜਗ੍ਹਾ ਦੇ ਵਿੱਚ ਗੱਡੀਆਂ ਦੀ ਪਾਰਕਿੰਗ ਆ। ਜਰਮਨ ਤੋਂ, ਕਨੇਡਾ ਤੋਂ ਔਰ ਅਮੈਰੀਕਾ ਤੋਂ ਇਹ ਸਾਰੀਆਂ ਜਗ੍ਹਾ ਦੇ ਉੱਤੋਂ ਜਿਹੜੀਆਂ ਸੰਗਤਾਂ ਬੜੀਆਂ ਪ੍ਰੇਮ ਪਿਆਰ ਦੇ ਨਾਲ ਸਾਰੇ ਮਿਲ ਕੇ ਅਸੀਂ ਸੇਵਾ ਕਰਦੇ ਹਾਂ। ਜਿਹੜੇ ਸਾਡੇ ਪੁਰਾਣੇ ਬਜ਼ੁਰਗ ਆ ਇਸ ਨਗਰ ਦੇ ਵਿੱਚ, ਉਹਨਾਂ ਨੇ ਜਦੋਂ ਸੇਵਾ ਕਰਦੇ ਹੁੰਦੇ ਸੀ ਇਸ ਜਗ੍ਹਾ ਦੇ ਵਿੱਚ, ਉਹ ਪੱਤਰੇ ਨਿਕਲੇ ਆ, ਤਾਂਬੇ ਦੇ ਪੱਤਰੇ ਦੱਸਦੇ ਆ, ਔਰ ਉਹਨਾਂ ਦੇ ਉੱਤੇ ਲਿਖਿਆ ਸੀ ਕਿ ਗੁਰੂ ਨਾਨਕ ਤਪਾ ਇਆਂ ਰਮੇ। ਦੂਸਰੇ ਪਾਸੇ ਅਰਬੀ ਦੇ ਵਿੱਚ ਲਿਖਿਆ, ਜਿਹੜਾ ਕਿ ਪੜ੍ਹਿਆ ਨਹੀਂ ਗਿਆ। ਹਰ ਸਾਲ ਹੀ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਗੁਰਦੁਆਰਾ ਸਾਹਿਬ ਦੀ ਵੀ ਸੇਵਾ ਕਰੀ ਜਾਂਦੀਆਂ, ਔਰ ਜਿਹੜਾ ਸਰੋਵਰ ਬਣ ਰਿਹਾ ਉਹ ਸਰੋਵਰ ਦੀ ਵੀ ਸੇਵਾ ਸਾਰੀਆਂ ਸੰਗਤਾਂ, ਸਾਰਾ ਨਗਰ ਰਲ ਮਿਲ ਕੇ ਸਾਰੇ ਅਸੀਂ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।